हेलो दोस्तों, तो की हाल है तुहाडे? दोस्तों अज पंजाब दे विच एक नवी रिक्वायरमेंट आई है। ये रिक्वायरमेंट है बाबा फरीद यूनीवर्सिटी ऑफ हेल्थ साइंस। ठीक है, ये जो है स्टाफ नर्स की रिक्वायरमेंट आई है। ठीक है, तुसी इत्थे देख सकते हो स्टाफ नर्स की रिक्वायरमेंट आई है बाबा फरीद यूनीवर्सिटी ऑफ हेल्थ साइंस वालों। ठीक है, तो आप जानेंगे अगर पूरा प्रोसीजर। इस तो पहले वीडियो में लाइक शेयर के चैनल में सबसक्राइब जरूर कर लो ਤਾਂ ਜੋ ਤੁਸੀਂ ਕੋਈ ਰਿਕੁਆਇਰਮੈਂਟ ਮਿਸ ਨਾ ਕਰ ਸਕੋ। ਇਹਦੀ ਜੋ ਸਟਾਰਟਿੰਗ ਡੇਟ ਆ ਉਹ ਅੱਜ 1 ਅਕਤੂਬਰ 2020 ਤੋਂ। ਠੀਕ ਹੈਗਾ, ਇਸ ਤਾਂ ਅੱਜ ਤੋਂ ਇਹਦੀ ਸਟਾਰਟਿੰਗ ਡੇਟ ਆ ਜੋ ਇਹਨੂੰ ਅਪਲਾਈ ਕਰਨ ਦੀ ਹੋ ਚੁੱਕੀ ਆ, ਅਤੇ ਜਿਹੜੀ ਲਾਸਟ ਡੇਟ ਆ ਇਹਨੂੰ ਅਪਲਾਈ ਕਰਨ ਦੀ ਉਹ ਹੈਗੀ ਆ 20 ਅਕਤੂਬਰ 2020। ਮਤਲਬ ਤੁਹਾਡੇ ਕੋਲ ਸਮੇਂ ਬਹੁਤ ਘੱਟ ਆ, ਤਾਂ ਇਹਨੂੰ ਜਲਦੀ ਤੋਂ ਜਲਦੀ ਅਪਲਾਈ ਕਰ ਲਿਓ ਤਾਂ ਜੋ ਇੱਕ ਗੌਰਮੈਂਟ ਜੋਬ ਤੁਹਾਨੂੰ ਵੀ ਪ੍ਰਾਪਤ ਹੋ ਸਕੇ। ਅਤੇ ਜੇ ਫੀਸ ਦੀ ਗੱਲ ਕਰੀਏ ਤਾਂ ਕੋਈ ਵੀ ਕੈਂਡੀਡੇਟ ਹੋ ਕਿਸੇ ਵੀ ਕੈਟਾਗਰੀ ਦਾ, ਉਹਦੇ ਲਈ ਕੋਈ ਫੀਸ ਨਹੀਂ ਹੋਵੇਗੀ। ਠੀਕ ਹੈ, ਨੋ ਫੀਸ ਲਿਖਿਆ ਅਤੇ ਬਿਲਕੁਲ ਮੁਫਤ ਰਜਿਸਟ੍ਰੇਸ਼ਨ ਹੋਵੇਗੀ ਤੁਹਾਡੀ, ਇਹਦੇ ਵਿੱਚ ਕੋਈ ਫੀਸ ਨਹੀਂ ਲੱਗੇਗੀ ਕਿਸੇ ਵੀ ਤਰ੍ਹਾਂ ਦੀ। ਠੀਕ ਹੈ ਗਾਈਸ, ਅਤੇ ਪੋਜੀਸ਼ਨ ਜਿਹੜੀ ਇਹਦੀ ਸਟਾਫ ਨਰਸ ਦੀ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ 598 ਇਹਦੀਆਂ ਟੋਟਲ ਵੈਕੈਂਸੀਆਂ ਨਿਕਲੀਆਂ ਨੇ, 598 ਵੈਕੈਂਸੀਆਂ। ਅਤੇ ਜਿਹੜੀ ਇਹਦੀ ਕੁਆਲੀਫਿਕੇਸ਼ਨ ਹੈਗੀ ਉਹ ਆਪਾਂ ਨੂੰ ਚਾਹੀਦੀ ਆ ਵੀ ਇੱਕ ਤਾਂ ਸੀਨੀਅਰ ਸੈਕੈਂਡਰੀ ਪਾਰਟ 2 ਐਗਜ਼ਾਮੀਨੇਸ਼ਨ ਪਾਸ ਹੋਣਾ ਚਾਹੀਦਾ ਆਪਣਾ। ਠੀਕ ਆ, ਮਤਲਬ ਕਿ 12ਵੀਂ ਪਾਸ ਹੋਣਾ ਇਹਦੇ ਵਿੱਚ ਕੰਪਲਸਰੀ ਆ। ਅਤੇ ਦੂਜਾ ਜਿਹੜਾ ਡਿਪਲੋਮਾ ਇਨ ਜਨਰਲ ਨਰਸਿੰਗ ਔਰ ਮਿਡਵਾਈਫਰੀ। ਠੀਕ ਹੈ, ਮਤਲਬ ਜਿਹੜੀ ਜਨਰਲ ਨਰਸਿੰਗ ਹੁੰਦੀ ਆ ਉਹਦੇ ਵਿੱਚ ਤੁਹਾਡਾ ਡਿਪਲੋਮਾ ਹੋਣਾ ਚਾਹੀਦਾ ਤਾਂ ਜਾ ਕੇ ਇਹਨੂੰ ਅਪਲਾਈ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਬਿਨਾਂ ਕੁਆਲੀਫਿਕੇਸ਼ਨ ਤੋਂ ਅਪਲਾਈ ਨਾ ਕਰਿਓ। ਜੇ ਤੁਹਾਡੇ ਕੋਲ ਡਿਪਲੋਮਾ ਹੈਗਾ ਜਨਰਲ ਨਰਸਿੰਗ ਦਾ ਜਾਂ ਮਿਡਵਾਈਫਰੀ ਦਾ ਤਾਂ ਹੀ ਇਸ ਨੂੰ ਅਪਲਾਈ ਕਰਿਓ, ਅਦਰਵਾਈਜ਼ ਅਪਲਾਈ ਨਾ ਕਰਿਓ। ਸੈਲਰੀ ਏਜ ਆ ਜੋ ਉਹ 18 ਤੋਂ 37 ਸਾਲ ਤੱਕ ਦੀ ਰਹੂਗੀ। ਠੀਕ ਹੈ, ਇਹਦੇ ਵਿੱਚ ਅਪਲਾਈ ਕਰ ਸਕਦੇ ਆ। ਸੈਲਰੀ ਇਹਨਾਂ ਨੇ ਕੋਈ ਸ਼ੋਅ ਨਹੀਂ ਕੀਤੀ ਹੈਗੀ। ਠੀਕ ਹੈ, ਸੈਲਰੀ ਵਧੀਆ ਹੋਊਗੀ, ਕੋਈ ਮਾੜੀ ਨਹੀਂ ਹੋਣੀ। ਤਾਂ ਗੱਲ ਕਰਾਂਗੇ ਅੱਗੇ ਆਪਾਂ ਕਿਹੜੀ ਕੈਟਾਗਰੀ ਨੂੰ ਜਾਂ ਕਾਸਟ ਨੂੰ ਕਿੰਨੀਆਂ ਕੁ ਵੈਕੈਂਸੀਆਂ ਹੈਗੀਆਂ ਨੇ। ਜਨਰਲ ਨੂੰ 234 ਨੇ, ਠੀਕ ਹੈ ਬਾਈ, ਐੱਸ ਸੀ ਨੂੰ 60 ਜਿਹੜੀਆਂ ਐੱਮ ਅਤੇ ਬੀ ਵਾਲੀਆਂ ਨੇ। ਠੀਕ ਹੈ ਦੋਸਤੋ, ਅਤੇ ਐੱਸ ਸੀ ਆਰ ਅਤੇ ਓ ਲਈ ਆ ਜੇ 60 ਅਤੇ ਬਾਕੀ ਬੀ ਸੀ ਲਈ ਵੀ 60 ਨੇ। ਠੀਕ ਹੈ ਗਾਈਸ, ਤਾਂ ਆਪਣੀ ਕੈਟਾਗਰੀ ਹੈ ਜੋ ਉਹਦੇ ਅਕੋਰਡਿੰਗ ਇਹਦਾ ਸਕਰੀਨਸ਼ੋਟ ਲੈ ਲਓ ਅਤੇ ਜਾਣ ਲਓ ਜੋ ਹੈਂਡੀਕੈਪ ਵਗੈਰਾ ਸਾਰੇ ਕੋਟੇ ਇਹਦੇ ਵਿੱਚ, ਹੈਂਡੀਕੋਡ ਲਈ 24 ਆ, ਸਪੋਰਟਸ ਲਈ ਹੈਗਾ, ਠੀਕ ਆ, 3-3 ਕੋਟੇ ਆ ਗਏ, ਈ ਐੱਸ ਐੱਮ ਲਈ ਸਾਰਿਆਂ ਲਈ ਮਤਲਬ ਕਿ ਹੈਗਾ, ਫਰੀਡਮ ਫਾਈਟਰਸ ਲਈ 6 ਨੇ। ਤਾਂ ਆਪਦੀ ਮਤਲਬ ਕੈਟਾਗਰੀ ਦੇ ਅਕੋਰਡਿੰਗ ਇਸ ਨੂੰ ਨੋਟ ਕਰ ਲਿਓ। ਠੀਕ ਹੈ ਗਾਈਸ, ਅਤੇ ਇਹਦਾ ਲਿੰਕ ਆ ਤੁਹਾਨੂੰ, ਤੁਸੀਂ ਜਿਹਨੇ ਅਪਲਾਈ ਕਰਨਾ ਹੋ ਕਮੈਂਟ ਬਾਕਸ ਵਿੱਚ ਮੰਗ ਲਿਓ। ਠੀਕ ਹੈ ਗਾਈਸ, ਅਤੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।